ਅੱਜ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਜਦੋਂ ਸਹੁੰ ਚੁੱਕ ਸਮਾਗਮ ਦੇ ਵਿੱਚ ਲੈ ਕੇ ਆਏ ਤੇ ਕਿਸੇ ਵੀ ਸਪੋਰਟਰ ਨੂੰ ਵੋਟਰ ਨੂੰ ਮਿਲਣ ਤੱਕ ਮਤਲਬ ਸਤਿ ਸ੍ਰੀ ਅਕਾਲ ਬੁਲਾਉਣ ਤੱਕ ਦਾ ਵੀ ਮੌਕਾ ਨਾ ਦਿੱਤਾ। ਸੋ ਇਹ ਸਰਾਸਰ ਗੈਰ ਲੋਕਰਾਜੀ ਤੇ ਗੈਰ ਮਨੁੱਖੀ ਕਾਰਵਾਈ ਆ। 4 ਦਿਨਾਂ ਦੀ ਪਰੋਲ ਤੇ ਆਏ ਬੰਦੇ ਨੂੰ ਮਤਲਬ 2 ਘੰਟੇ ਦੇ ਵਿੱਚ ਹੀ ਵਾਪਸ ਲੈ ਜਾਣਾ, ਇਹ ਹੋਰ ਵੀ ਧੱਕਾ। ਔਰ ਮੈਂ ਕਹਿ ਸਕਦਾ ਕਿ ਇਹਦੇ ਲਈ ਪੰਜਾਬ ਦੀ ਸਰਕਾਰ ਖਾਸ ਤੌਰ ਤੇ ਜ਼ਿੰਮੇਵਾਰ ਆ। ਪੰਜਾਬ ਦੀ ਸਰਕਾਰ ਇੱਕ ਪਾਸੇ ਤਾਂ ਆਪਣੇ ਲੋਕਰਾਜੀ ਹੱਕ ਕੂ ਕਿਵੇਂ ਮੰਗ ਰਹੀ ਆ, ਜਦੋਂ ਵੀ ਕਿਤੇ ਕੇਂਦਰ ਵੱਲੋਂ ਕੋਈ ਧੱਕਾ ਹੁੰਦਾ ਤਾਂ ਇਨਸਾਫ ਦੀ ਗੱਲ ਕਰ ਰਹੀ ਆ, ਤੇ ਗੈਰ ਲੋਕਰਾਜੀ ਕਾਰਵਾਈਆਂ ਤੇ ਆਪ ਉਤਰ ਕੇ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮਤਲਬ ਜੇ ਆਪਣੇ ਵਰਕਰਾਂ ਨੂੰ ਆਪਣੇ ਵੋਟਰਾਂ ਨੂੰ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾ ਸਕਦਾ, ਇਹ ਤੋਂ ਵੱਡੀ ਗੈਰ ਲੋਕਰਾਜੀ ਗੈਰ ਮਨੁੱਖੀ ਕਾਰਵਾਈ ਕੀ ਹੋ ਸਕਦੀ ਹੈ। ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਵੈਸੇ ਤਾਂ NSA ਰਿਵੋਕ ਹੋਣਾ ਚਾਹੀਦਾ, ਕਿਉਂਕਿ ਜਿਹੜੇ ਸੋ ਕਾਲਡ ਦੋਸ਼ ਲਾ ਕੇ NSA ਵਿੱਚ ਉਹਨਾਂ ਨੂੰ ਅੰਦਰ ਕੀਤਾ ਤਾਂ ਉਸੇ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕ ਕੇ ਉਸੇ ਭਾਰਤ ਦੇ ਸੰਵਿਧਾਨਕ ਸਿਸਟਮ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜਨ ਦਾ ਲੜੀ ਆ ਤੇ ਉਹਦੀ ਕਦਰ ਕਰਨੀ ਚਾਹੀਦੀ ਸੀ। ਮੈਂ ਸਮਝਦਾ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਹੈ ਉਹ ਬੇਗਾਨੇਪਨ ਦੀ ਭਾਵਨਾ ਪੈਦਾ ਕਰਦਾ। ਔਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੀ ਇਸ ਗੈਰ ਲੋਕੀ ਰਾਜ ਕਾਰਵਾਈ ਗੈਰ ਮਨੁੱਖੀ ਕਾਰਵਾਈ ਦਾ ਗ੍ਰਹਿ ਮੰਤਰਾਲੇ ਨੂੰ ਤੁਰਤ ਨੋਟਿਸ ਲੈਣਾ ਬਣਦਾ ਸੀ ਮਤਲਬ, ਪਰ ਕੇਂਦਰ ਨੇ ਵੀ ਅੱਖਾਂ ਵਿੱਚ ਰੱਖੀਆਂ, ਪੰਜਾਬ ਸਰਕਾਰ ਨੂੰ ਖੁੱਲ੍ਹੀ ਖੇਡ ਖੇਡਣ ਦਾ ਮੌਕਾ ਦੇ ਕੇ ਜੋ ਮੈਂ ਸਮਝਦਾ ਅੱਜ ਕੇਵਲ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੀ ਨਹੀਂ ਹੋਇਆ, ਕੇਵਲ ਉਹਨਾਂ ਦੇ ਮਾਨਵੀ ਹੱਕ ਹੀ ਨਹੀਂ ਕੁਚਲੇ ਗਏ ਬਲਕਿ ਉਹਨਾਂ ਲੱਖਾਂ ਲੋਕਾਂ ਦੇ ਵੀ ਮਾਨਵੀ ਹੱਕ ਕੁਚਲੇ ਗਏ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ। ਅੱਜ ਲੋਕਾਂ ਦੇ ਫਤਵੇ ਦੇ ਅੱਗੇ ਸਰਕਾਰ ਦੀ ਸੂਬਾ ਸਰਕਾਰ ਦੀ ਜਿਹੜੀ ਇਹ ਕਾਰਵਾਈ ਆ ਉਹ ਇੱਕ ਚੁਣੌਤੀ ਆ, ਇੱਕ ਚੈਲੰਜ ਆ, ਇੱਕ ਵੰਗਾਰ ਆ। ਔਰ ਮੈਂ ਸਮਝਦਾ ਜੇ ਇਸ ਸਿਸਟਮ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਵੀ ਕੋਈ ਸਰਕਾਰ ਪ੍ਰਵਾਨ ਨਹੀਂ ਕਰਦੀ, ਇਹ ਤੋਂ ਵੱਡਾ ਗੈਰ ਲੋਕਰਾਜੀ ਕਾਰਵਾਈ ਕੋਈ ਹੋ ਨਹੀਂ ਸਕਦੀ। ਇਸੇ ਕਰਕੇ ਮੈਂ ਕਿਹਾ ਵੀ ਅੱਜ ਹਿੰਦੁਸਤਾਨ ਦੇ ਲੋਕਰਾਜੀ ਇਤਿਹਾਸ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਦੂਜੀ ਵਾਰ ਨੰਗੇ ਚਿੱਟੇ ਰੂਪ ਦੇ ਵਿੱਚ ਲੋਕਰਾਜ ਦਾ ਕਤਲ ਹੋਇਆ ਔਰ ਮਨੁੱਖੀ ਹੱਕਾਂ ਦਾ ਘਾਣ ਹੋਇਆ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਸੰਜੀਦਗੀ ਦਿਖਾਵੇ, ਗੰਭੀਰਤਾ ਦਿਖਾਵੇ, ਲੋਕਾਂ ਦੇ ਫਤਵੇ ਦਾ ਸਤਿਕਾਰ ਕਰੇ, ਲੋਕਾਂ ਦੇ ਫਤਵੇ ਦਾ ਸਤਿਕਾਰ ਕਰਕੇ ਮਤਲਬ ਉਹਨਾਂ ਅੰਮ੍ਰਿਤਪਾਲ ਸਿੰਘ ਹੋਣਾ ਅਤੇ ਉਹਨਾਂ ਦੇ ਸਾਥੀਆਂ ਦਾ NSA ਰਿਵੋਕ ਕਰੇ ਤਾਂ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਉਹ ਰਿਪ੍ਰਜੈਂਟ ਕਰ ਸਕਣ, ਭਾਰਤ ਦੀ ਪਾਰਲੀਮੈਂਟ ਵਿੱਚ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੀ ਨੁਮਾਇੰਦਗੀ ਕਰ ਸਕਣ। ਲੋਕਾਂ ਦੇ ਹੱਕ ਖੋਣਾ ਮਤਲਬ ਸਰਾਸਰ ਗਲਤ ਆ, ਜਾਤੀ ਆ। ਅੱਜ ਇਸ ਤਰੀਕੇ ਨਾਲ ਉਹਨਾਂ ਨੂੰ ਬਸਤਰਬੰਦ ਗੱਡੀਆਂ ਦੇ ਵਿੱਚ ਲਿਆਂਦਾ ਗਿਆ ਜਿਵੇਂ ਬਹੁਤ ਵੱਡਾ ਖੂਨਖਾਰ ਦਰਿੰਦਾ ਬੰਦਾ ਹੁੰਦਾ, ਇਸ ਤਰ੍ਹਾਂ ਪੇਸ਼ ਕੀਤਾ ਗਿਆ ਵੀ ਜਿਵੇਂ ਕੋਈ ਮਤਲਬ ਇੱਕ ਕਿਸਮ ਦਾ ਕ੍ਰਿਮੀਨਲ, ਹਾਰਡ ਕ੍ਰਿਮੀਨਲ। NSA ਇੱਕ ਡਿਟੈਂਸ਼ਨ ਆ, NSA ਕੋਈ ਸਜ਼ਾ ਨਹੀਂ ਹੈ, ਪ੍ਰਿਵੈਂਟਿਵ ਐਕਸ਼ਨ ਆ। ਅਤੇ NSA ਦੇ ਤਹਿਤ ਇਸ ਤਰ੍ਹਾਂ ਮਤਲਬ ਜਿਹੜਾ ਪਾਰਲੀਮੈਂਟ ਦਾ ਸਿਸਟਮ ਆ ਉਹ ਵੀ ਤੋੜਿਆ। ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਕਿਉਰਿਟੀ ਦੀਆਂ ਗੱਡੀਆਂ ਅਤੇ ਬਾਹਰਲੀ ਸਿਕਿਉਰਿਟੀ ਮਤਲਬ ਇੱਕਦਮ ਅੰਦਰ ਲੈ ਕੇ ਜਾਣਾ ਉਹ ਵੀ ਸਰਾਸਰ ਗਲਤ ਆ, ਜਦੋਂ ਕਿ ਪਾਰਲੀਮੈਂਟ ਦੇ ਵਿੱਚ ਆਪਣੀ ਸਿਕਿਉਰਿਟੀ ਹੁੰਦੀ ਆ, ਪਾਰਲੀਮੈਂਟ ਦਾ ਆਪਣਾ ਸਿਸਟਮ ਹੁੰਦਾ, ਪਾਰਲੀਮੈਂਟ ਦੇ ਵਿੱਚ ਆਪਣੀਆਂ ਗੱਡੀਆਂ ਹੁੰਦੀਆਂ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਿਜਾਣ ਲਈ ਜਾਂ ਉਹਨਾਂ 'ਤੇ ਸਪੀਕਰ ਲੱਗੇ ਹੁੰਦੇ ਆ।
ਤੇ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੀਆਂ ਗੱਡੀਆਂ ਸਿਕਿਉਰਿਟੀ ਦੇ ਰੂਪ ਦੇ ਵਿੱਚ ਅੰਦਰ ਵਾੜੀਆਂ, ਉਹ ਵੀ ਮਤਲਬ ਇੱਕ ਕਿਸਮ ਦੀ ਪਾਰਲੀਮੈਂਟ ਸਿਸਟਮ ਦੀ ਵੀ ਇੱਕ ਤਬਾਹੀ ਆ, ਇੱਕ ਕਿਸਮ ਦੀ ਜਿਹੜੀ ਅੱਜ ਹੋਈ ਆ। ਸੋ ਇਸ ਕਰਕੇ ਮੈਂ ਕਹਿਣਾ ਵੀ ਇਹ ਬੜਾ ਇੱਕ ਗੈਰ ਲੋਕਰਾਜੀ ਗੈਰ ਮਨੁੱਖੀ ਕਾਰ ਆ। ਸੋ ਅੱਜ ਵੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ NSA ਰਿਵੋਕ ਕੀਤਾ ਜਾਵੇ, ਔਰ ਸ਼ਰਵ ਅਸੀਂ ਜਿਹੜਾ ਹੈ ਜਿਹੜਾ ਇਸ ਗੱਲ 'ਤੇ ਅਸੀਂ ਮੰਗ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਲਈ, NSA ਰਿਵੋਕ ਕਰਨ ਲਈ ਜੇ ਸਰਕਾਰ ਨੇ ਮਤਲਬ ਤੁਰਤ ਲੋਕਾਂ ਦੇ ਫਤਵੇ ਵੱਲ ਧਿਆਨ ਨਾ ਦਿੱਤਾ ਤੇ ਅੱਗੇ ਲਈ ਆਉਣ ਵਾਲੇ ਸਮੇਂ ਲਈ ਕੋਈ ਜਨਤਕ ਸੰਘਰਸ਼ ਵਿੱਢਣਾ ਪੈ ਸਕਦਾ।